اپنے بھگت بچائے آپ آگئے بھگوان نے اپنے بھگت سورنج کے رالانگے پانڈو اگے ملی ہڑمبا نارا ایک ہویا راج کمارا ہڑمبا کول تے تر کے پانڈو چکرا نگری آئے مار کے ایک دانوں لوکاں دے دکھ مٹائے او چکلا نگری دے تر کے پانڈو پہنچے دے سپچارا سنو اگے دا حال سنگت جی پچار دیش کے وچ پہنچ گئے جتھے کا راجا دروپت ہویا راجے دروپت کا راج جتھے آج چمکور صاحب ہے اتھے راج تھا اس کا جتھے چمکور ہے ہاں جی वचन करारे पांडो कुमें जंगलामा एडे सूर में वाहत के मारे पांडो कुमें जंगलामा एडे सूर में वाहत के मारे पांडो कुमें जंगलामा एडे सूर में वाहत के मारे पांडो कुमें जंगलामा एडे सूर में वाहत के جی
ਜੇ ਪਾਂਡੂ ਹੈ ਦੇਵੀ ਮਾਤਾ ਕੇ ਤੇਰਾ ਜੰਗਲਾ ਹੈ Thank you.
ਚਿੰਨ ਕਰਾਰੇ ਓ ਖਾ ਗਿਆ ਬਦਾਮ ਗਿਰੀਆਂ ਭੀਮ ਬਾਗ ਮਾਲੰਦਾ ਹੈ ਨਜ਼ਾਰੇ ਓ ਖਾ ਗਿਆ ਬਦਾਮ ਗਿਰੀਆਂ ਭੀਮ ਬਾਗ ਮਲ ਮਲ ਕੇ ਭੀਮ ਗੋਤੇ ਲਾਮਦਾਈ ਉਹ ਤਾਲ ਦੱਸਦੇ ਨਾਰ ਦ੍ਰੋਪਦੀ ਦਾ ਜਿੱਥੇ ਭੀਮ ਪਿਆ ਗੁਜਕੀਆਂ ਲਾਮਦਾਈ ਝੋਟੇ ਵਾਂਗੂ ਖਾਰੂ ਪਾਮਦਾਰੀ ਉਹ ਪੂਰਨ ਰਾਮ ਬੇ ਭੀਮ ਨੂੰ ਦੇਖ ਮਾਲੀ ਬਾਗ ਛੋੜ ਕੇ ਭੱਜ ਜਾਮਦਾਈ ਸੰਗ ਜੀ ਜਿਆਦਾ ਭੀਮ ਨਾ ਦੇਖਿਆ ਮਾਲੀ ਨੇ ਉਹ ਕਹਾ ਮੈਂ ਤਾਂ ਭੂਤ ਰਾਤ ਨੂੰ ਦੇਖੇ ਨੇ ਆਉਂਦੇ ਤਾਂ ਦਿਨ ਮੀ ਆ ਗਿਆ ਕੋਈ ਮਾਲੀ ਨੇ ਦੇਖਿਆ ਯਾਰ ਭੀਮ ਦਾ ਕੱਦ ਕਾਠ ਬਹੁਤਾ ਬਸ ਦੇਖ ਕੇ ਮਾਲੀ ਦਾ ਡਰ ਗਿਆ ਵੀ ਬਲੈ ਤਾਂ ਉਗੀ ਵੜ ਗਈ ਆ ਕੇ ਬਾਕੀ ਆਹਾ ਹਾਂਜੀ ਕਿਆ ਗਿਆ ਜਪ ਲੈ ਰਾਮ ਕੀ ਬਾਣੀ ਕੁੰਤੀ ਪੁੱਤ ਸੂਰਵੇ ਨੇ ਬਾਹਰ ਕੱਢ ਦਿਆ ਤਾਲ ਕਾ ਬਾਣੀ ਓ ਕੁੰਤੀ ਪੁੱਤ ਸੂਰ ਮੇਰੇ ਬਾਹਰ ਕੱਢ ਦਿਆ ਤਾਲ ਕਾ ਬਾਣੀ ਓ ਕੁੰਤੀ ਪੁੱਤ ਸੂਰ ਮੇਰੇ ਬਾਹਰ ਕੱਢ ਦਿਆ ਤਾਲ ਕਾ ਬਾਣੀ ਓ ਕੁੰਤੀ ਪੁੱਤ ਸੂਰ ਮੇਰੇ ਬਾਹਰ ਕੱਢ ਦਿਆ ਤਾਲ ਕਾ ਬਾਣੀ ਓ ਕੁੰਤੀ ਪੁੱਤ ਸੂਰ ਮੇਰੇ ਬਾਹਰ ਕੱਢ ਦਿਆ ਤਾਲ ਕਾ ਫਿਰ ਬੈਠਿਆ ਬੈਠੇ ਲੱਗ ਗਿਆ ਭੀਮ ਸੂਣ ਬਾਗ ਕੇ ਪਿੱਛੇ ਸੀਗਰ ਦੁਪਹਿਰਾ ਹੋਇਆ ਪਤਾ ਲੈ ਸੰਗ ਜੀ ਜਾਂ ਸੀਗਰ ਦੁਪਹਿਰਾ ਹੋਇਆ ਵਾ ਭੀਮ ਤਾਂ ਲੱਗ ਗਿਆ ਫਿਰ ਸੂਣ ਫਿਰ ਉੱਥੇ ਰਾਜੇ ਦ੍ਰੋਪਦੀ ਦੀ ਪੁੱਤਰੀ ਦ੍ਰੋਪਦੀ ਉਸਕਾ ਆਣਾ ਹੋ ਗਿਆ ਬਾਗਵਾਂ ਨੂੰ ਸਖੀਆਂ ਸਹੇਲੀਆਂ ਨੂੰ ਲੈ ਕੇ ਦ੍ਰੋਪਦੀ ਕਾ ਆਣਾ ਹੋ ਗਿਆ ਬਸ 360 ਸਹੇਲੀ ਗਏ ਲੈ ਆ ਦ੍ਰੋਪਦੀ ਆ ਗਿਆ ਬਾਗਮਾ ਪੜ ਗਈ ਆ ਕਿਸ ਤਰ੍ਹਾਂ ਕੁੜੀਆਂ ਬਾਗਮਾ ਬੜੀ ਮਰਦ ਪਾਈ ਹੋਰ ਕੋਟ ਸਖੀਆਂ ਦਾ ਕੱਠ ਜੀ ਉਹ ਸਖੀਆਂ ਦਾ ਕੱਠ ਜੀ ਨਾਲ ਲੈ ਲਿਆਂ 360 ਜੀ
ਬੇਖੰਕਾਰ ਕਰੋ ਚੱਲੀ ਮਟਿਆਰ ਲਾ ਕੇ ਆਰਤੀ ਸ਼ਿੰਗਾਰ ਕਰੋ ਚੱਲੀ ਮਟਿਆਰ ਹੁਣ ਭੀਮ ਦੇ ਦਰਾਰ ਕਰ ਮਨਸਾਰ ਜੀ ਓ ਕਰ ਮਨਸਾਰ ਜੀ ਚੜਦੀ ਜਵਾਨੀ ਪਈ ਠੱਠਾ ਮਾਰਦੀ ਵਿਸ਼ਨੂੰ ਕੀ ਲਕਸ਼ਮੀ ਇਸ ਤਰ੍ਹਾਂ ਰੰਗ ਰੂਪ ਦਾ ਦ੍ਰੋਪਦੀ ਕੱਪੜਾ ਪੈਰਾਂ ਨੂੰ ਬਾਲ ਲਗਾ ਤੇ ਬਾਅਦ ਸਖੀਆਂ ਇਕੱਠ ਕਰਕੇ ਬਾਕੀ ਵਿੱਚ ਗੇੜੇ ਦੇ ਰਹੀ ਹੈ ਓ ਜਦ ਗੁੱਤ ਨੂੰ ਕਮਾਉਣ ਅੱਗ ਕਾਲਜੇ ਨੂੰ ਲਾਉਣ ਜਦ ਗੁੱਤ ਨੂੰ ਕਮਾਉਣ ਅੱਗ ਕਾਲਜੇ ਨੂੰ ਲਾਉਣ ਅੱਗੇ ਪੁੱਤ ਪਿਆ ਪਾਉਣ ਭੀਮ ਬਲਾਕਾਰ ਜੀ ਓ ਭੀਮ ਬਲਾਕਾਰ ਜੀ ਚੜਦੀ ਜਵਾਨੀ ਪਈ ਠਾਠਾ ਮਾਰਦੀ ਬਾਗ ਵਿੱਚ ਬੜੀ ਲੱਗੀ ਰੂਪ ਵਾਲੀ ਚੜੀ ਓ ਜਿਵੇਂ ਇੰਦਰ ਦੀ
ਭਰੀ ਹੂਰ ਸੰਸਾਰ ਦੀ ਹੂਰ ਸੰਸਾਰ ਦੀ ਚੜ੍ਹਦੀ ਜਵਾਨੀ ਭਰੀ ਠਾਠਾ ਮਾਰਦੀ Thank you.
Ready, Zaki, never.
ਤਾਂ 9 ਲੱਖਾਂ ਹਾਰ ਤੰਗ ਦੇ ਦਰੋਪਤੀ ਨੇ 9 ਲੱਖਾਂ ਹਾਰ ਤੰਗ ਕੇ ਨਹਾਣ ਲੱਗੀ ਲੈ ਜੀ ਜਦ 9 ਲੱਖਾਂ ਹਾਰ ਤੰਗ ਕੇ ਨਹਾਣ ਲੱਗੀ ਐ ਤਾਂ ਜਦ ਨਹਾ ਧੋ ਕੇ ਨਿਕਲੀਆਂ ਤਾਂ ਸਹੇਲੀਆਂ ਪਰ ਸ਼ੱਕ ਹੋ ਗਿਆ ਦਰੋਪਤੀ ਨੂੰ ਵੀ ਭੈਣੋ ਥਮੇ ਮੇਰੇ ਕੋਲ ਮਖੌਲ ਕਿਉਂ ਕਰ ਰਹੀਆਂ ਹਾਰ ਕਿਉਂ ਲੁਕੋਇਆ ਥਮੇ ਮੇਰੇ ਕੋਲ ਮਖੌਲ ਨਾ ਕਰੋ ਭੈਣੇ ਸੱਚ ਦੱਸੋ ਕਿਸੇ ਲੁਕੋਇਆ ਹਾਰ ਤਾਂ ਸਕੀਆਂ ਕਹਿਣ ਲੱਗੀਆਂ ਭੈਣੇ ਇਹ ਤੇਰਾ ਹਾਰ ਹਮੇ ਨਹੀਂ ਦੇਖਿਆ ਕਿਆ ਕਹਿਣ ਲੱਗੀਆਂ ਸਕੀਆਂ ਖਿਆਲ ਕਰ ਲੈ ਰਾਮਗੜ ਕੇ ਲਾ ਗਾ 26 ਤਰੀਕ ਨੂੰ 26 ਉਹ ਸੈਕਟਰ ਰਾਤ ਨੂੰ 29 ਤਰੀਕ ਨੂੰ ਗੰਡੂਆ 29 ਤਰੀਕ ਨੂੰ ਲੱਗਣਾ ਭਾਈ ਗੰਡੂਆ
ਫਤਿਹਗੜ੍ਹ ਤਾਂ ਚਲੋ ਆਪੇ ਟੋਲ ਵੀ ਵੈਦਾ ਨਹੀਂ ਪਤਾ ਚਲੋ ਜੀ ਫਤਿਹਗੜ੍ਹ ਸਾਹਿਬ ਕੇ ਜ਼ਿਲ੍ਹੇ ਮਾ ਲੱਗਣਾ ਭਾਈ ਗੰਡੂਆ 29 ਤਰੀਕ ਨੂੰ 4 ਤਰੀਕ ਨੂੰ ਲੱਗਣਾ ਭਾਈ ਮਾਨਕ ਮਾਜਰਾ ਇੱਧਰ ਰੋਪੜ ਵਾਲੀ ਸਾਈਡ ਰੰਗੀਨ ਵਰਗੇ ਲਾਗ ਰੰਗੀਨ ਵਰਗੇ ਲਾਗ ਮਾਨਕ ਮਾਜਰਾ ਭਾਈ 4 ਤਰੀਕ ਨੂੰ ਸਾਡਾ ਉੱਥੇ ਲੱਗਣਾ ਭਾਈ ਜੇ ਖਾੜਾ ਦਿਨ ਕੇ ਕਦੀ ਰਾਤ ਨੂੰ ਪਹੁੰਚੀ ਜੇ ਦਸ ਤਰੀਕ ਨੂੰ ਲੱਗਣਾ ਭਾਈ ਕਲਾਰਾ ਪਿੰਡ ਇੱਥੇ ਮੁੰਡੇ ਨੇ ਅੱਗੇ ਜਾ ਕੇ ਕਲਾਰਾ ਸਰਾਣਾ ਲਾ ਕੇ ਭਾਈ ਆਏ ਬੇਬੀ ਹੈਗੇ 11 ਤਰੀਕ ਨੂੰ ਲੱਗਣਾ ਭਾਈ ਬੜਾ ਹਵਾਰਾ ਲੈ ਜੀ 11 ਤਰੀਕ ਨੂੰ ਭਾਈ ਹਵਾਰਾ ਪਿੰਡ ਲੱਗਣਾ ਅੱਛਾ ਜੀ ਚੌਦਾਂ ਤਰੀਕ ਨੂੰ ਲੱਗਣਾ ਫਤਿਹਗੜ੍ਹ ਪਿੰਡ ਕਰਾਲੀ ਦੇ ਇੱਧਰ ਨੂੰ ਫਤਿਹਗੜ੍ਹ ਪਿੰਡ 14 ਤਰੀਕ ਨੂੰ ਉੱਥੇ ਲੱਗਣਾ ਬਾਕੀ ਹਮੇ 10 ਕੁ ਦਿਨ ਸਭਾ ਮੈਂ ਬੰਦ ਰੱਖਣਾ ਪਹਿਲੀ ਤਰੀਕ ਵਾਲੇ ਫਿਰ ਦੱਸੂਗੇ ਤੁਹਾਨੂੰ ਅਗਲੇ ਮਹੀਨੇ ਵਾਲੇ ਖੜੇ ਉਹ ਵੀ ਬੁੱਕ ਪਏ ਆ ਮਾਲਕ ਦੀ ਕਿਰਪਾ ਕਰਕੇ ਭੁੱਲ ਜੂਗੇ ਤਾਂ ਫਿਰ ਮੇਰੇ ਕੋਲ ਫੋਨ ਕਰੀ ਜਾਊਂਗੇ ਲੈ ਜੀ ਕਿਆ ਕਿਹਾ ਸਿੰਘ ਜੀ ਨਵੇਂ ਬੜੇ ਧੰਨਵਾਦੀ ਹੈ ਦੇਖੋ ਗੁਰੂ ਉਸਤਾਦ ਬਿਨਾਂ ਕੋਈ ਕੰਮ ਨਹੀਂ ਚੱਲਦਾ ਮਾਰੇ ਉਸਤਾਦ ਵੀ ਬੈਠੇ ਆਏ ਵੇ ਲੰਗਾਰੀ ਵਾਲੇ ਜਿਹਨਾਂ ਨੇ ਮੈਨੂੰ ਇੱਥੇ ਖੜਨੇ ਯੋਗਾ ਕਰ ਦਿਆ ਸਾਰੇ ਪਾ ਦੋ ਬੋਲ ਸੁਣਾਉਣੇ ਯੋਗਾ ਕਰ ਦਿਆ ਬਾਕੀ ਗੁਰਲਾਲ ਬਾਈ ਵੀ ਆਇਆ ਵਾ ਇਹਨਾਂ ਦਾ ਬੜਾ ਸੰਯੋਗ ਹੈ ਮੈਨੂੰ ਗਾਉਣ ਵਾ ਇਹ ਵੀ ਮਾਰੇ ਗੁਰੂ ਉਸਤਾਦ ਵਾਂਗੂ ਹੀ ਹੈ ਬਾਕੀ ਮਾਰੇ ਸਾਜੀ ਵੀਰਾਂ ਦਾ ਬੜਾ ਧੰਨਵਾਦ ਹੈ ਕਮੇਟੀ ਮੈਂਬਰ ਜਿਹੜੇ ਉਹਦਾ ਤਨ ਮਨ ਤੇ ਸੇਵਾ ਬਜਾ ਰਹੇ ਇੰਨੀ ਸੰਗਤ ਨੂੰ ਸਾਂਭ ਰਹੇ ਬੜਾ ਧੰਨਵਾਦ ਹੈ